ਜੀ ਬਿਲਕੁਲ ਪੰਦੇਰ ਸਾਹਿਬ, ਕੰਗਨਾ ਰਣੌਤ ਨੇ ਇਹ ਵੀ ਕਿਹਾ ਕਿ ਜਿਹੜਾ ਖੇਤੀ ਕਾਨੂੰਨ ਹੈ ਉਸਦਾ ਸਾਰੇ ਦੇਸ਼ ਦੇ ਜਿੰਨੇ ਵੀ ਕਿਸਾਨ ਹੈ ਉਹਨਾਂ ਨੂੰ ਫਾਇਦਾ ਵੀ ਮਿਲੇਗਾ, ਬਲਕਿ ਸਾਰੇ ਕਿਸਾਨ ਤੁਹਾਡੇ ਜਿਹੜੇ ਜਿੰਨੇ ਪ੍ਰਦਰਸ਼ਨ ਕੀਤੇ ਹੈ ਖੇਤੀ ਕਾਨੂੰਨਾਂ ਦੇ ਖਿਲਾਫ਼, ਤੁਸੀਂ ਸਾਰੇ ਦੇਸ਼ ਦੇ ਕਿਸਾਨ ਤੁਹਾਡੇ ਹੱਕ ਦੇ ਵਿੱਚ ਨਹੀਂ ਖੜੇ, ਇਹ ਉਹਨਾਂ ਦਾ ਕਹਿਣਾ। ਤੇ ਫਿਰ ਪ੍ਰਧਾਨ ਮੰਤਰੀ ਜੀ ਨੇ ਮਾਫ਼ੀ ਕਿਹੜੀ ਗੱਲ ਦੀ ਮੰਗੀ, ਕਾਨੂੰਨ ਵਾਪਸ ਕਿਉਂ ਲੈ ਲਏ? ਜੇ ਸਾਰੇ ਕਿਸਾਨ ਭਾਜਪਾ ਨਾਲ ਸੀਗੇ ਤਾਂ ਫਿਰ ਦੋਸ਼ੀ 40-42 ਕੋ ਆ ਗਈਆਂ, ਇਹ ਉਹਨਾਂ ਦਾ ਮੰਨਣਾ। ਯੂਰਪ ਵਿੱਚ ਇਹੀ ਲਾਗੂ ਆ, ਅਮਰੀਕਾ ਵਿੱਚ ਇਹੀ ਲਾਗੂ, ਉੱਥੋਂ ਦੀ ਖੇਤੀ ਫੇਲ ਹੋਣ ਦੇ ਕਿਨਾਰੇ ਹੈਗੀ ਆ। ਤਾਂ ਮੈਂ ਕਹਿੰਦਾ ਪ੍ਰਾਈਵੇਟ ਮੰਡੀ ਬਿਹਾਰ ਦੇ ਵਿੱਚ 2006 'ਚ ਖਤਮ ਕੀਤੀ ਗਈ, ਨਿੱਜੀ ਕਰਨਾ ਉਹ ਦਿਸ ਦਿਨ ਬਿਹਾਰ ਦੇ ਵਿੱਚ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ, ਇਕੱਲਾ ਖਰੀਦ ਤੇ ਪੰਜਾਬ ਹਰਿਆਣੇ 'ਚ ਹੀ ਆ, ਸਾਰੇ ਦੇਸ਼ ਵਿੱਚ ਸਬਜ਼ੀਆਂ ਦੀ ਤਾਂ ਕੋਈ ਖਰੀਦ ਨਹੀਂ ਹੈਗੀ, ਸਬਜ਼ੀਆਂ ਵਾਲੇ ਕਿਸਾਨ ਕਿੰਨੇ ਕੁ ਫਾਇਦੇ 'ਚ ਹੈਗੇ ਆ ਬਾਜ਼ਾਰ ਨਾਲ ਜੁੜ ਕੇ। ਤਾਂ ਮੈਨੂੰ ਲੱਗਦਾ ਵੀ ਜਿਹੜੇ ਉਹਨਾਂ ਦੇ ਆਰਥਿਕ ਮਾਰ ਸੀ ਉਹ ਫੇਲ ਹੋ ਗਏ। ਕੰਗਣਾ ਜੀ ਤੇ ਸਧਾਰਨ ਬੰਦੇ ਨੇ ਬਿਆਨਬਾਜ਼ੀ ਦੇ ਕੇ ਉਹਨਾਂ ਕੋ ਮਸਲਿਆਂ ਨੂੰ ਉਲਝਾਇਆ ਜਾ ਰਿਹਾ, ਜਦਕਿ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੋਣਾ ਵੀ ਉਹਨਾਂ ਬਿਆਨ ਦੇ ਕੇ ਕਿਹਾ ਕੀ ਆ। ਵੀ ਜੇ ਉਹਨਾਂ ਨੂੰ ਅਸੀਂ ਪੁੱਛ ਲਈਏ ਵੀ ਕਿਉਂ ਕਿਸਾਨਾਂ ਦੇ ਫਾਇਦੇ 'ਚ ਹੋਣਗੇ ਤਾਂ ਉਹਨਾਂ ਕੋਈ ਜਵਾਬ ਨਹੀਂ ਆਉਣਾ, ਸਾਨੂੰ ਕੋਈ ਇਹ ਪੁੱਛੇ ਵੀ ਕਿਉਂ ਕਿਸਾਨਾਂ ਦੇ ਹੱਕ 'ਚ ਨਹੀਂ ਹੈਗੇ, ਅਸੀਂ ਉਹਦੀ ਇਕੱਲੀ ਇਕੱਲੀ ਗੱਲ ਦਾ ਜਵਾਬ ਦਾਂਗੇ, ਪਹਿਲਾਂ ਵੀ ਦਿੱਤੇ ਹੈਗੇ। ਸੋ ਕਿਸਾਨ ਔਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੇਰੇ ਖਿਲਾਫ਼ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ। ਨਹੀਂ, ਕਿਸਾਨ ਕਿਸੇ ਦੇ ਸਿਖਾਏ ਨਹੀਂ ਹੈਗੇ, ਇੰਨੇ MP ਆ ਭਾਜਪਾ ਦੇ, ਉਹ ਉਹਨਾਂ ਖਿਲਾਫ਼ ਕਿਉਂ ਨਹੀਂ ਭੜਕਦੇ ਹੈਗੇ? ਕਿਸਾਨ ਜਿਹੜਾ ਉਹਨਾਂ ਖਿਲਾਫ਼ ਪੁੱਠਾ ਬੋਲਦਾ ਉਹਦੇ ਖਿਲਾਫ਼ ਹੀ ਬੋਲਦੇ ਹੈਗੇ। ਇੱਕ ਵੱਡਾ ਹਿੱਸਾ ਦੇਸ਼ ਦਾ, ਪਰ ਜਿਹੜੇ ਆਪਣੇ ਮਰਹੂਮ PM ਰਹੇ ਵਾਜਪਾਈ, ਉਹਨਾਂ ਦੇ ਆਲੋਚਕ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਉਹਨਾਂ ਦੀ ਸਿਫਤ ਕਰਦੇ। ਜੇ ਕੋਈ ਚੰਗਾ ਸੀ ਤਾਂ ਉਹਨੂੰ ਚੰਗਾ ਕਿਹਾ ਜਾਂਦਾ, ਇਹਨਾਂ ਦੀ ਸਰਕਾਰ ਵਿੱਚ ਗਟਕਰੀ ਜੀ ਆ ਉਹਦੇ ਵਿਰੋਧੀ ਤੇ ਰਸਿਪਤੀ ਕਰੀ ਜਾਂਦੇ ਆ, ਚੰਗੇ ਨੂੰ ਚੰਗਾ ਹੀ ਕੋਈ ਕਹਿੰਦਾ ਵਿਅਕਤੀਗਤੀ ਤੌਰ ਤੇ, ਭਾਵੇਂ ਸਰਕਾਰ ਸਾਰੀ ਇੱਕੋ ਜੀ ਆ, ਸਰਕਾਰ ਦੇ ਸਾਰਿਆਂ ਦੇ ਫੈਸਲੇ ਆ, ਤਾਂ ਕੋਈ ਕਿਸੇ ਨੂੰ ਨਹੀਂ ਭੜਕਾ ਸਕਦਾ, ਉਹ ਆਪ ਜ਼ਿੰਮੇਵਾਰ ਨੇ ਇਹਨਾਂ ਬਿਆਨਾਂ ਵਾਸਤੇ। ਕਿਉਂਕਿ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਉਹਨਾਂ ਨੇ ਨਾਲ ਕਿਹਾ ਕਿ ਮੈਂ ਖੁਦ ਇੱਕ ਕਿਸਾਨ ਦੀ ਧੀ ਹਾਂ, ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਖੜੀ ਰਹੀ ਹਾਂ ਅਤੇ ਜਿੰਨੀਆਂ ਵੀ ਕਿਸਾਨਾਂ ਦੀ ਮੰਗਾਂ ਵਾ ਉਹ ਵੀ ਮੰਨੀਆਂ ਜਾਣੀਆਂ ਚਾਹੀਦੀਆਂ। ਇਹ ਠੀਕ ਆ, ਮੈਨੂੰ ਲੱਗਦਾ ਕਿਸਾਨਾਂ ਦੀ ਧੀ ਖਵਾਉਣਾ ਇਹ ਸਾਰੇ ਕਹਿੰਦੇ ਆ, ਜਿਹੜੇ ਅਫਸਰਾਂ ਨੂੰ ਮਿਲੋ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ, ਮਜ਼ਦੂਰ ਦਾ ਮੁੰਡਾ ਵਾ, ਕਹਿਣਾ ਸੌਖਾ ਹੁੰਦਾ। ਹੁਣ 20 ਨੇ ਜਿਹੜੇ CM ਬਣ ਰਹੇ ਨੇ ਕਿਸਾਨਾਂ ਦੇ ਪਰਿਵਾਰਾਂ 'ਚੋਂ, ਮਜ਼ਦੂਰਾਂ ਦੇ ਪਰਿਵਾਰਾਂ 'ਚੋਂ, ਇਹਨਾਂ ਦੀ ਦੁਰਗਤੀ ਕਿਉਂ ਆ ਇਹ? ਇਹ ਤਾਂ ਲੋਕਾਂ ਨੂੰ ਖੁਸ਼ ਕਰ ਲਈ ਆ, ਸੱਚੀਓ ਜਿੱਦਣ ਉਹ ਕਿਸਾਨਾਂ ਮਜ਼ਦੂਰਾਂ ਲਈ ਕੋਈ ਚੰਗੀ ਗੱਲ ਕਰਨਗੇ ਅਸੀਂ ਉਹਨੂੰ ਚੰਗਾ ਕਵਾਂਗੇ। ਸੋ ਬਿਲਕੁਲ ਕੰਗਨਾ ਰਣੌਤ ਦਾ, ਜਦੋਂ ਕਿਸਾਨਾਂ ਦੇ ਪ੍ਰਤੀ ਉਹ ਚੰਗਾ ਕੰਮ ਕਰੇਗੀ ਤਾਂ ਸਰਵਨ ਸਿੰਘ ਬਧੇਜ ਜਿਹੜੇ ਕਿਸਾਨ ਨੇ ਤਾਂ ਉਹਨਾਂ ਨੇ ਜ਼ਰੂਰ ਕਿਹਾ ਕਿ ਉਹ ਉਹਨਾਂ ਨੂੰ ਚੰਗਾ ਕਹਿਣਗੇ, ਲੇਕਿਨ ਹਲੇ ਉਹ ਆਪਣੀਆਂ ਮੰਗਾਂ ਜਿਹੜੀਆਂ ਜਿਸ ਨੂੰ ਲੈ ਕੇ ਧਰਨਾ ਕੀਤਾ ਜਾ ਰਿਹਾ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਸੀ ਅਤੇ ਜੋ ਤੱਕ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ। ਜੀ ਬਿਲਕੁਲ ਪੰਦੇੜ ਸਾਹਿਬ, ਕੰਗਨਾ ਰਣੌਤ ਨੇ ਇਹ ਵੀ ਕਿਹਾ ਕਿ ਜਿਹੜਾ ਖੇਤੀ ਕਾਨੂੰਨ ਹੈ ਉਸਦਾ ਸਾਰੇ ਦੇਸ਼ ਦੇ ਜਿੰਨੇ ਵੀ ਕਿਸਾਨ ਹੈ ਉਹਨਾਂ ਨੂੰ ਫਾਇਦਾ ਵੀ ਮਿਲੇਗਾ, ਬਲਕਿ ਸਾਰੇ ਕਿਸਾਨ ਤੁਹਾਡੇ ਜਿਹੜੇ ਜਿੰਨੇ ਪ੍ਰਦਰਸ਼ਨ ਕੀਤੇ ਹੈ ਖੇਤੀ ਕਾਨੂੰਨਾਂ ਦੇ ਖਿਲਾਫ਼, ਤੁਸੀਂ ਸਾਰੇ ਦੇਸ਼ ਦੇ ਕਿਸਾਨ ਤੁਹਾਡੇ ਹੱਕ ਦੇ ਵਿੱਚ ਨਹੀਂ ਖੜੇ, ਇਹ ਉਹਨਾਂ ਦਾ ਕਹਿਣਾ। ਤੇ ਫਿਰ ਪ੍ਰਧਾਨ ਮੰਤਰੀ ਜੀ ਨੇ ਮਾਫ਼ੀ ਕਿਹੜੀ ਗੱਲ ਦੀ ਮੰਗੀ, ਕਾਨੂੰਨ ਵਾਪਸ ਕਿਉਂ ਲੈ ਲਏ? ਜੇ ਸਾਰੇ ਕਿਸਾਨ ਭਾਜਪਾ ਨਾਲ ਸੀਗੇ ਤਾਂ ਫਿਰ ਦੋਸ਼ੀ 40-42 ਕੋ ਆ ਗਈਆਂ, ਇਹ ਉਹਨਾਂ ਦਾ ਮੰਨਣਾ। ਯੂਰਪ ਵਿੱਚ ਇਹੀ ਲਾਗੂ ਆ, ਅਮਰੀਕਾ ਵਿੱਚ ਇਹੀ ਲਾਗੂ, ਉੱਥੋਂ ਦੀ ਖੇਤੀ ਫੇਲ ਹੋਣ ਦੇ ਕਿਨਾਰੇ ਹੈਗੀ ਆ। ਤਾਂ ਮੈਂ ਕਹਿੰਦਾ ਪ੍ਰਾਈਵੇਟ ਮੰਡੀ ਬਿਹਾਰ ਦੇ ਵਿੱਚ 2006 'ਚ ਖਤਮ ਕੀਤੀ ਗਈ, ਨਿੱਜੀ ਕਰਨਾ ਉਹ ਦਿਸ ਦਿਨ ਬਿਹਾਰ ਦੇ ਵਿੱਚ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ, ਇਕੱਲਾ ਖਰੀਦ ਤੇ ਪੰਜਾਬ ਹਰਿਆਣੇ 'ਚ ਹੀ ਆ, ਸਾਰੇ ਦੇਸ਼ ਵਿੱਚ ਸਬਜ਼ੀਆਂ ਦੀ ਤਾਂ ਕੋਈ ਖਰੀਦ ਨਹੀਂ ਹੈਗੀ, ਸਬਜ਼ੀਆਂ ਵਾਲੇ ਕਿਸਾਨ ਕਿੰਨੇ ਕੁ ਫਾਇਦੇ 'ਚ ਹੈਗੇ ਆ ਬਾਜ਼ਾਰ ਨਾਲ ਜੁੜ ਕੇ। ਤਾਂ ਮੈਨੂੰ ਲੱਗਦਾ ਵੀ ਜਿਹੜੇ ਉਹਨਾਂ ਦੇ ਆਰਥਿਕ ਮਾਰ ਸੀ ਉਹ ਫੇਲ ਹੋ ਗਏ। ਕੰਗਣਾ ਜੀ ਤੇ ਸਧਾਰਨ ਬੰਦੇ ਨੇ ਬਿਆਨਬਾਜ਼ੀ ਦੇ ਕੇ ਉਹਨਾਂ ਕੋ ਮਸਲਿਆਂ ਨੂੰ ਉਲਝਾਇਆ ਜਾ ਰਿਹਾ, ਜਦਕਿ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੋਣਾ ਵੀ ਉਹਨਾਂ ਬਿਆਨ ਦੇ ਕੇ ਕਿਹਾ ਕੀ ਆ। ਵੀ ਜੇ ਉਹਨਾਂ ਨੂੰ ਅਸੀਂ ਪੁੱਛ ਲਈਏ ਵੀ ਕਿਉਂ
ਕਿਸਾਨਾਂ ਦੇ ਫਾਇਦੇ 'ਚ ਹੋਣਗੇ ਤਾਂ ਉਹਨਾਂ ਕੋਈ ਜਵਾਬ ਨਹੀਂ ਆਉਣਾ। ਸਾਨੂੰ ਕੋਈ ਇਹ ਪੁੱਛੇ ਵੀ ਕਿਉਂ ਕਿਸਾਨਾਂ ਦੇ ਹੱਕ 'ਚ ਨਹੀਂ ਹੈਗੇ, ਅਸੀਂ ਉਹਦੀ ਇਕੱਲੀ ਇਕੱਲੀ ਗੱਲ ਦਾ ਜਵਾਬ ਦਾਂਗੇ, ਪਹਿਲਾਂ ਵੀ ਦਿੱਤੇ ਹੈਗੇ। ਸੋ ਕਿਸਾਨ ਔਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੇਰੇ ਖਿਲਾਫ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ। ਨਹੀਂ, ਕਿਸਾਨ ਕਿਸੇ ਦੇ ਸਿਖਾਏ ਨਹੀਂ ਹੈਗੇ। ਇੰਨੇ MP ਆ ਭਾਜਪਾ ਦੇ, ਉਹ ਉਹਨਾਂ ਖਿਲਾਫ਼ ਕਿਉਂ ਨਹੀਂ ਭੜਕਦੇ ਹੈਗੇ? ਕਿਸਾਨ ਜਿਹੜਾ ਉਹਨਾਂ ਖਿਲਾਫ਼ ਪੁੱਠਾ ਬੋਲਦਾ ਉਹਦੇ ਖਿਲਾਫ਼ ਹੀ ਬੋਲਦੇ ਹੈਗੇ। ਇੱਕ ਵੱਡਾ ਹਿੱਸਾ ਦੇਸ਼ ਦਾ, ਪਰ ਜਿਹੜੇ ਆਪਣੇ ਮਰਹੂਮ PM ਰਹੇ ਵਾਜਪਾਈ, ਉਹਨਾਂ ਦੇ ਆਲੋਚਕ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ 'ਤੇ ਉਹਨਾਂ ਦੀ ਸਿਫਤ ਕਰਦੇ। ਜੇ ਕੋਈ ਚੰਗਾ ਸੀ ਤਾਂ ਉਹਨੂੰ ਚੰਗਾ ਕਿਹਾ ਜਾਂਦਾ। ਇਹਨਾਂ ਦੀ ਸਰਕਾਰ ਵਿੱਚ ਗਟਕਰੀ ਜੀ ਆ, ਉਹਦੇ ਵਿਰੋਧੀ ਤੇ ਰਸਿਫਤੀ ਕਰੀ ਜਾਂਦੇ ਆ। ਚੰਗੇ ਨੂੰ ਚੰਗਾ ਹੀ ਕੋਈ ਕਹਿੰਦਾ ਵਿਅਕਤੀਗਤੀ ਤੌਰ 'ਤੇ, ਭਾਵੇਂ ਸਰਕਾਰ ਸਾਰੀ ਇੱਕੋ ਜੀ ਆ, ਸਰਕਾਰ ਦੇ ਸਾਰਿਆਂ ਦੇ ਫੈਸਲੇ ਆ, ਤਾਂ ਕੋਈ ਕਿਸੇ ਨੂੰ ਨਹੀਂ ਭੜਕਾ ਸਕਦਾ। ਉਹ ਆਪ ਜ਼ਿੰਮੇਵਾਰ ਨੇ ਇਹਨਾਂ ਬਿਆਨਾਂ ਵਾਸਤੇ, ਕਿਉਂਕਿ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਉਹਨਾਂ ਨੇ ਨਾਲ ਕਿਹਾ ਕਿ ਮੈਂ ਖੁਦ ਇੱਕ ਕਿਸਾਨ ਦੀ ਧੀ ਹਾਂ, ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਖੜੀ ਰਹੀ ਹਾਂ, ਅਤੇ ਜਿੰਨੀਆਂ ਵੀ ਕਿਸਾਨਾਂ ਦੀ ਮੰਗਾਂ ਵਾ ਉਹ ਵੀ ਮੰਨੀਆਂ ਜਾਣੀਆਂ ਚਾਹੀਦੀਆਂ। ਇਹ ਠੀਕ ਆ, ਮੈਨੂੰ ਲੱਗਦਾ ਕਿਸਾਨਾਂ ਦੀ ਧੀ ਖਵਾਉਣਾ ਇਹ ਸਾਰੇ ਕਹਿੰਦੇ ਆ। ਜਿਹੜੇ ਅਫਸਰਾਂ ਨੂੰ ਮਿਲੋ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ, ਮਜ਼ਦੂਰ ਦਾ ਮੁੰਡਾ ਵਾ, ਕਹਿਣਾ ਸੌਖਾ ਹੁੰਦਾ। ਹੁਣ 20 ਨੇ ਜਿਹੜੇ CM ਬਣ ਰਹੇ ਨੇ ਕਿਸਾਨਾਂ ਦੇ ਪਰਿਵਾਰਾਂ 'ਚੋਂ, ਮਜ਼ਦੂਰਾਂ ਦੇ ਪਰਿਵਾਰਾਂ 'ਚੋਂ, ਇਹਨਾਂ ਦੀ ਦੁਰਗਤੀ ਕਿਉਂ ਆ? ਇਹ ਤਾਂ ਲੋਕਾਂ ਨੂੰ ਖੁਸ਼ ਕਰ ਲਈ ਆ। ਸੱਚੀਓ ਜਿੱਦਣ ਉਹ ਕਿਸਾਨਾਂ ਮਜ਼ਦੂਰਾਂ ਲਈ ਕੋਈ ਚੰਗੀ ਗੱਲ ਕਰਨਗੇ, ਅਸੀਂ ਉਹਨੂੰ ਚੰਗਾ ਕਹਾਂਗੇ। ਸੋ ਬਿਲਕੁਲ, ਕੰਗਨਾ ਰੋਧ ਦਾ ਜਦੋਂ ਕਿਸਾਨਾਂ ਦੇ ਪ੍ਰਤੀ ਉਹ ਚੰਗਾ ਕੰਮ ਕਰੇਗੀ, ਤਾਂ ਸਰਵਨ ਸਿੰਘ ਬਧੇਜ ਕਿਸਾਨ ਨੇ ਤਾਂ ਉਹਨਾਂ ਨੇ ਜ਼ਰੂਰ ਕਿਹਾ ਕਿ ਉਹਨਾਂ ਨੂੰ ਚੰਗਾ ਕਹਿਣਗੇ, ਲੇਕਿਨ ਹਲੇ ਉਹ ਆਪਣੀਆਂ ਮੰਗਾਂ ਜਿਹੜੀਆਂ ਜਿਸ ਨੂੰ ਲੈ ਕੇ ਧਰਨਾ ਕੀਤਾ ਜਾ ਰਿਹਾ, ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਸੀ, ਅਤੇ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ।